जस पंजाबी देख रहे सारे दर्शकों का जी आया नू मैं हाँ तुहाडे नाल हरकीरत सिंह आलूवालिया लैके हाजिर हाँ जी तुहाडा हरमन प्यारा शो अज का मुद्दा नॉर्थ अमेरिका दे विच वसदे सारे व्यूअर्स नू मेरी तरफों प्यार भरी सत श्री अकाल दोस्तों वो प्रोग्राम जिस विच तुहानू दसण की कोशिश की जाती है कि कुछ वापर रहा है जेकर वो धार्मिक खेतर होए जेकर वो समाजिक खेतर होए जेकर वो खेतर होए उन्हां सियासी मसलियां दा जो कि नैशनल अते इंटरनेशनल प्लेटफॉर्म दे उते गंभीर मसले बने हुए हैं और कोशिश रहती है कि उस मुतलक तुहाडे जिहड़े विचार ने वो असी सुनीए और इस मुतलक तुसीं की कुछ साडे नूं दसना चाहते हो वह भी असी जानने की कोशिश करते हैं। तो अज जिस मुद्दे दे उते असीं गल करांगे वह मुद्दा भी कितने ना कितने सानू नौक नौक करता है ठेस पहुँचाऊंदा कि आखिरकार है की हो रहा। और मैं सब तो पहले तो सारे व्यूअर्स का धन्यवाद करना चाहना जो कि सानू कॉल करके रोजाना सानू अपने जेडे फीडबैक ने सजेशंस ने वो तुसी साडे नाल सांझे करदे हो और अपने वैल्यूएबल कमेंट्स जेडे है वो तुसी सानू देंदे हो। और जिस मुद्दे दे उत्ते अज मैं विचार तुहाडे नाल करन जा रहा हां मैनू लगदा है कि बहुत सारी जरूरत हैगी है तुहाडे फोन कॉल्स की एंड तुहानू दसण की कि इस विषय के उत्ते असी की कर सकते हैं एंड वट कैन बी अ कंकलूजन ऑन दिस टॉपिक टूडे और आप किस तरीके नाल एक रोड मैप तैयार कर सकते हैं कि यह घटना फिर कदे ना वापरे या फिर इस मसले नू लैके असी किन्ने कु सीरियस है और किस तरीके नाल असी लगाम लगा सकते हैं इस मसले के उत्ते। असी कहते हैं जी 1947 तो बाद जब भारत आज़ाद होया ਤਾਂ ਇੱਕ ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਪੂਰੇ ਮੁਲਕ ਦੇ ਵਿੱਚ ਭਾਰਤ ਦੇ ਵਿੱਚ ਗੂੰਜੀ ਸੀਗੀ। ਉਹ ਇਸ ਕਰਕੇ ਗੂੰਜੀ ਸੀਗੀ ਕਿਉਂਕਿ ਤੁਹਾਨੂੰ ਇੰਡੀਪੈਂਡੈਂਸ ਮਿਲੀ ਸੀਗੀ। ਲੇਕਿਨ ਫਿਰ ਜਦ ਅਸੀਂ ਗੱਲ ਕਰਦੇ ਹਾਂ ਸਿੱਖ ਕੌਮ ਦੀ ਤਾਂ ਤਸੀਹੇ ਅਤੇ ਤਸ਼ੱਦਦ ਇਹਨਾਂ ਨੇ ਦੋਨਾਂ ਨੇ ਸਾਡਾ ਸਾਥ ਨਹੀਂ ਛੱਡਿਆ ਕਦੀ ਵੀ। ਜਦ ਜਦ ਸਿੱਖਾਂ ਦਾ ਬੋਲਬਾਲਾ ਹੋਇਆ ਜਦ ਜਦ ਸਿੱਖਾਂ ਨੇ ਮਾਣ ਵਧਾਇਆ ਤਾਂ ਤੱਕ ਕਈਆਂ ਤਾਕਤਾਂ ਜਿਹੜੀਆਂ ਉਹ ਪਿੱਛੇ ਲੱਗੀਆਂ ਹਨ ਔਰ ਘਾਣ ਕਰਨ ਦੀ ਸਿੱਖਾਂ ਨੂੰ ਖਤਮ ਕਰਨ ਦੀ ਹਮੇਸ਼ਾ ਉਹਨਾਂ ਦੀ ਕੋਸ਼ਿਸ਼ ਰਹੀ ਹੈ ਔਰ ਉਹ ਬਦਸਤੂਰ ਅਜੇ ਵੀ ਜਾਰੀ ਹੈ। ਅਸੀਂ ਜਿੰਨੀ ਆਪਣੀ ਰਿਕੋਗਨੇਸ਼ਨ ਵਧਾ ਰਹੇ ਹਾਂ ਜਿੰਨੀ ਆਈਡੈਂਟੀ ਆਪਣੀ ਵਧਾ ਰਹੇ ਹਾਂ ਲੇਕਿਨ ਇੱਕ ਵਿਸ਼ਾ ਹੈ ਜਿਸ ਬਾਰੇ ਵੀ ਸਾਨੂੰ ਸੋਚਣਾ ਬੇਹੱਦ ਜ਼ਰੂਰੀ ਹੈ। ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਜੀ ਅਸੀਂ ਉਸ ਕੌਮ ਦੇ ਵਾਰਿਸ ਹਾਂ ਜਿੱਥੇ ਇਸ ਕੌਮ ਨੇ ਸ਼ਹਾਦਤਾਂ ਆਪਣੀ ਕੌਮ ਨੂੰ ਬਚਾਉਣ ਦੇ ਲਈ ਕੀਤੀ ਤਾਂ ਕਿ ਇਹ ਕੌਮ ਜਿਹੜੀ ਹੈ ਉਹ ਬਚ ਸਕੇ। ਇਹ ਗੁਰੂ ਸਾਹਿਬਾਨਾਂ ਤੋਂ ਹੁਣ ਤੱਕ ਚੱਲਦੀ ਆ ਰਹੀ ਹੈ, ਖਤਮ ਨਹੀਂ ਹੋਈ ਔਰ ਨਾ ਹੀ ਇਹ ਕਦੀ ਖਤਮ ਹੋਏਗੀ ਕਿਉਂਕਿ ਅਸੀਂ ਆਪਣੀ ਆਈਡੈਂਟੀ ਹਜੇ ਵੀ ਦੱਸ ਰਹੇ ਹਾਂ ਹੂ ਵੀ ਆਰ ਟੂ ਹੂਮ ਵੀ ਬਿਲੋਂਗ, ਆਪਾਂ ਕਿਸ ਕੌਮ ਦੇ ਵਾਰਿਸ ਹਾਂ। ਅੱਜ ਮੈਨੂੰ ਮਾਣ ਹੁੰਦਾ ਜਦ ਮੈਂ ਫਕਰ ਦੇ ਨਾਲ ਦੂਜੀ ਕਮਿਊਨਿਟੀ ਨੂੰ ਦੱਸਦਾ ਕਿ ਸਾਡਾ ਜਿਹੜਾ ਕੈਨੇਡਾ ਦਾ ਪ੍ਰਧਾਨ ਮੰਤਰੀ ਹੈ ਉਹ ਹਰਜੀਤ ਸੱਜਣ ਹੀ ਇਜ਼ ਅ ਸਿੱਖ ਐਂਡ ਫਿਰ ਉਹ ਜਾਣਨ ਲਈ ਕੋਸ਼ਿਸ਼ ਕਰਦੇ ਹਨ ਕਿ ਹੂ ਯੂ ਆਰ, ਤੁਸੀਂ ਸਾਨੂੰ ਆਪਣੇ ਬਾਰੇ ਦੱਸੋ। ਐਂਡ ਈਵਨ ਆਈ ਟੋਲਡ ਦੈਮ, ਮੈਂ ਉਹਨਾਂ ਨੂੰ ਇਹ ਵੀ ਦੱਸਦਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੈਨੇਡਾ ਦਾ ਪ੍ਰਧਾਨ ਮੰਤਰੀ ਵੀ ਸਿੱਖ ਹੋ ਸਕਦਾ ਹੈ। ਉਹਨੇ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ ਇੱਕ ਦੇ ਜ਼ੋਰ ਨਾਲ, ਆਪਣੇ ਗੱਲਾਂ ਦੇ ਨਾਲ ਔਰ ਜਿਹੜੀਆਂ ਗੱਲਾਂ ਨਾਲ ਬਾਬਾ ਜੀ ਨੇ ਸਾਨੂੰ ਬਲੈਸ ਕੀਤਾ ਹੋਇਆ ਉਹਦੇ ਨਾਲ। ਲੇਕਿਨ ਜਦ ਮੈਂ ਸੁਣਦਾ ਕਿ ਕੋਈ ਅਜਿਹੀ ਖਬਰ ਭਾਰਤ ਤੋਂ ਸਾਹਮਣੇ ਆਈ ਹੈ ਜਿੱਥੇ ਮੁਸ਼ਕਿਲਾਂ ਦਾ ਸਾਹਮਣਾ ਇਸ ਕੌਮ ਨੂੰ ਕਰਨਾ ਪੈ ਰਿਹਾ ਤਾਂ ਸਾਨੂੰ ਧੱਕਾ ਪਹੁੰਚਦਾ, ਸਾਨੂੰ ਲੱਗਦਾ ਕਿ ਕੀ ਘੱਟ ਗਿਣਤੀ ਜਿਹੜੀ ਹੈ ਉਹ ਭਾਰਤ ਦੇ ਵਿੱਚ ਮਹਿਫੂਜ਼ ਨਹੀਂ ਹੈਗੀ ਜਾਂ ਫਿਰ ਸਿੱਖਾਂ ਦਾ ਬੋਲਬਾਲਾ ਹੋ ਰਿਹਾ ਜਿੱਥੇ ਜਿੱਥੇ ਸਿੱਖ ਜਾ ਕੇ ਕੇਸਰੀ ਝੰਡੇ ਨੂੰ ਬੁਲੰਦ ਕਰ ਰਿਹਾ ਉੱਥੇ ਉੱਥੇ ਕੋਈ ਤਾਕਤਾਂ ਪਿੱਛੇ ਵੀ ਲੱਗ ਗਈਆਂ ਹਨ ਕਿ ਇਹਨਾਂ ਨੂੰ ਖਤਮ ਕਰ ਦਿਉ ਤਾਂ ਕਿ ਇਹ ਅੱਗੇ ਨਾ ਵੱਧ ਸਕਣ। ਇਹ ਤਾਂ ਖਬਰਾਂ ਅਸੀਂ ਆਮ ਤੌਰ 'ਤੇ ਸੁਣਦੇ ਹੋਏ ਆਏ ਹਾਂ ਔਰ ਇਸੀ ਕਰਕੇ ਅਸੀਂ ਮਜਬੂਰ ਹੋਇਆਂ ਵਿਦੇਸ਼ਾਂ ਦੇ ਵਿੱਚ ਜਾ ਕੇ ਵੱਸਣ ਨੂੰ। ਕੋਈ ਕੈਨੇਡਾ ਚਲਾ ਗਿਆ, ਕੋਈ UK ਚਲਾ ਗਿਆ, ਕੋਈ ਯੂਰੋਪ ਜਾ ਰਿਹਾ, ਕੋਈ ਅਮੈਰੀਕਾ ਆ ਰਿਹਾ ਔਰ ਇਹ ਸਿਲਸਿਲਾ ਬਦਸਤੂਰ ਜਾਰੀ ਹੈ ਔਰ ਅਸੀਂ ਆਪਣੀ ਰਿਕੋਗਨੇਸ਼ਨ ਵੀ ਇੱਥੇ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਆਪਣੀ ਆਈਡੈਂਟੀ ਦੱਸ ਰਹੇ ਹਾਂ ਅਜੇ ਵੀ। ਔਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦ ਅਸੈਂਬਲੀ ਦੇ ਵਿੱਚ ਸਿੱਖਾਂ ਬਾਰੇ ਗੱਲ ਹੁੰਦੀ ਹੈ, ਰੈਜ਼ੋਲਿਊਸ਼ਨਸ ਪਾਸ ਹੁੰਦੇ ਨੇ, ਰੋਇਟਸ ਨੂੰ ਜੈਨੋਸਾਈਡ ਕਿਹਾ ਜਾਂਦਾ ਔਰ ਕਿਹਾ ਜਾਂਦਾ ਕਿ ਵਾਕਈ ਸਿੱਖਾਂ ਦੇ ਉੱਤੇ ਹਮਲਾ ਹੋਇਆ ਸੀਗਾ, ਇਹ ਸਿੱਖਾਂ ਨੂੰ ਹੀ ਟਾਰਗੇਟ ਕੀਤਾ ਗਿਆ ਸੀਗਾ। ਵਧੀਆ ਲੱਗਦਾ ਕਿ ਦੇ ਆਰ ਗੈਟਿੰਗ ਔਰ ਦੈਟ ਰਿਕੋਗਨੀਸ਼ਨ ਜੋ ਚਾਹੀਦੀ ਹੈ ਸਾਨੂੰ ਔਰ ਸਾਡੀ ਐਂਡ ਆਫ ਦਾ ਡੇ ਅਸੀਂ ਦੱਸ ਪਾ ਰਹੇ ਹਾਂ ਕਿ ਅਸੀਂ ਕੌਣ ਹਾਂ।
ਕਈ ਰਿਪੋਰਟਸ ਮੀਡੀਆ ਦੇ ਵਿੱਚ ਇਹ ਵੀ ਸਾਹਮਣੇ ਆਈਆਂ 9/11 ਤੋਂ ਬਾਅਦ ਜਦ ਅਟੈਕ ਹੋਇਆ ਸੀਗਾ ਅਮਰੀਕਾ ਦੇ ਵਿੱਚ ਤਾਂ ਕਈ ਕਮਿਊਨਿਟੀਜ਼ ਨੇ ਇਹ ਸਮਝਿਆ ਕਿ ਦੇ ਆਰ ਮੁਸਲਿਮਸ ਬਿਕੋਜ਼ ਦੇ ਵੀਅਰ ਟਰਬਨ, ਇਹਨਾਂ ਦੇ ਸਿਰ 'ਤੇ ਦਸਤਾਰ ਹੈ ਅਤੇ ਦਾੜ੍ਹੀ ਹੈਗੀ ਹੈ ਅਤੇ ਇਹ ਮੁਸਲਮਾਨ ਨੇ, ਅਤੇ ਕਈ ਵਾਰ ਵਿਤਕਰਾ ਜਿਹੜਾ ਉਸ ਧਰਤੀ ਦੇ ਉੱਤੇ ਵੀ ਵੇਖਣ ਨੂੰ ਮਿਲਿਆ। ਲੇਕਿਨ ਇਹ ਮੀਡੀਆ ਰਿਪੋਰਟਸ 2008 ਤੋਂ ਲੈ ਕੇ 2015 ਦੇ ਵਿੱਚ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਉਹ ਆਈਆਂ ਔਰ ਡਿਸਕ੍ਰਿਮੀਨੇਸ਼ਨ ਔਰ ਵਿਤਕਰੇ ਦਾ ਸ਼ਿਕਾਰ ਹੋਈ ਕੌਮ। ਔਰ ਇਸ ਮੁਤਲਕ ਜੇਕਰ ਅਸੀਂ ਗੱਲ ਕਰੀਏ ਤਾਂ ਅਮੈਰੀਕਾ ਦੀ ਐਡਮਿਨਿਸਟ੍ਰੇਟਿਵ ਨੇ ਵੀ, ਅਮੈਰੀਕਾ ਦੀ ਗਵਰਨਮੈਂਟ ਨੇ ਵੀ ਬਿਲਕੁਲ ਸਾਥ ਦਿੱਤਾ। ਔਰ ਮੈਂ ਉਹਨਾਂ ਨੂੰ ਧੰਨਵਾਦ ਕਹਿਣਾ ਚਾਹਾਂਗਾ, ਉਹਨਾਂ ਨੂੰ ਮੈਂ ਥੈਂਕਸ ਕਹਿਣਾ ਚਾਹਾਂਗਾ, ਜਿਹੜੇ ਸੰਸਥਾਵਾਂ ਜਿਹੜੇ ਲੋਕ ਆਪਣੀ ਰਿਕੋਗਨੇਸ਼ਨ, ਸਾਡੀ ਰਿਕੋਗਨੇਸ਼ਨ, ਤੁਹਾਡੀ ਰਿਕੋਗਨੇਸ਼ਨ ਤੁਸੀਂ ਆਲ ਓਵਰ ਅਮੈਰੀਕਾ ਦੇ ਵਿੱਚ ਕਰਾ ਰਹੇ ਹੋ ਔਰ ਤੁਸੀਂ ਜਿਹੜੇ ਰੈਜ਼ੋਲਿਊਸ਼ਨਸ ਪਾਸ ਕਰਾ ਰਹੇ ਹੋ ਇਸ ਮੁਤਲਕ, ਮੈਂ ਜ਼ਰੂਰ ਉਹਨਾਂ ਨੂੰ ਉਹਨਾਂ ਦੀ ਸ਼ਲਾਘਾ ਕਰਨਾ ਚਾਹਾਂਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਐਂਡ ਆਈ ਰੀਅਲੀ ਵਾਂਟ ਟੂ ਥੈਂਕਸ ਦੈਮ ਕਿ ਤੁਸੀਂ ਮਾਣ ਵਧਾ ਰਹੇ ਹੋ ਸਾਡਾ। ਲੇਕਿਨ ਅੱਜ ਦੇ ਮੁੱਦੇ ਦੇ ਵਿੱਚ ਜਿਸ ਵਿਸ਼ੇ 'ਤੇ ਮੈਂ ਗੱਲ ਕਰਨ ਜਾ ਰਿਹਾ, ਉਹਨੇ ਸੋਸ਼ਲ ਮੀਡੀਆ ਦੇ ਉੱਤੇ ਅਮੈਰੀਕਾ ਦੇ ਵਿੱਚ ਨਿਊਜ਼ ਏਜੰਸੀਜ਼ ਦੇ ਉੱਤੇ ਔਰ ਅਖਬਾਰਾਂ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੋਈ ਹੈ, ਕਿਉਂਕਿ ਇਹ ਜਿਹੜਾ ਮੁੱਦਾ ਹੈਗਾ ਸਾਡੀ ਕੌਮ ਦੇ ਨਾਲ ਜੁੜਿਆ ਹੋਇਆ। 2015 ਦੇ ਵਿੱਚ ਮੈਨੂੰ ਯਾਦ ਹੈ ਕਿ ਇੱਕ ਸਾਡੇ ਸਿੱਖ ਨੌਜਵਾਨ ਨੂੰ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਗਿਆ, ਉਹਦੀ ਉਹਨੂੰ ਡੰਡਿਆਂ ਨਾਲ ਪੀਟਿਆ ਗਿਆ ਅਤੇ ਉਸ ਤੋਂ ਬਾਅਦ ਉਹਦੀ ਦਸਤਾਰ ਤੱਕ ਖੋਲ੍ਹ ਦਿੱਤੀ ਗਈ, ਉਹਦੇ ਵਾਲ ਤੱਕ ਕੱਟ ਦਿੱਤੇ ਗਏ। ਇਹ ਇੱਕ ਹਾਦਸਾ ਵਾਪਰਿਆ ਸੀਗਾ 2015 ਦੇ ਵਿੱਚ ਔਰ ਮੈਂ ਵੇਖਿਆ ਵੀ ਸੀਗਾ ਕਿ ਵੱਖ ਵੱਖ ਸੰਸਥਾਵਾਂ ਜਿਹੜੀਆਂ ਔਰ ਵੱਖ ਵੱਖ ਸੰਸਥਾਵਾਂ ਦੇ ਜਿਹੜੇ ਸਿਰਮੌਰ ਨੇ ਉਹਨਾਂ ਨੇ ਇਸ ਮੁਤਲਕ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਸੀਗਾ ਔਰ ਹਿੱਕ ਦੇ ਜ਼ੋਰ ਦੇ ਨਾਲ ਜਾ ਕੇ ਅਸੈਂਬਲੀ ਦੇ ਵਿੱਚ ਗਿਆ ਸੀਗਾ, ਹੂ ਵੀ ਆਰ ਐਂਡ ਵਟ ਵੀ ਆਰ ਡੂਇੰਗ ਫੋਰ ਦਿਸ ਕੰਟਰੀ। ਅਸੀਂ ਉਨਾ ਹੀ ਹੱਕਦਾਰ ਹਾਂ ਜੋ ਕਿ ਅਸੀਂ ਭਾਰਤ ਦੇ ਵਿੱਚ ਸੀਗੇ, ਬਿਕੋਜ਼ ਅਸੀਂ ਹੁਣ ਇਸ ਧਰਤੀ ਦੇ ਉੱਤੇ ਉਨਾ ਹੀ ਯੋਗਦਾਨ ਪਾ ਰਹੇ ਹਾਂ ਜੋ ਕਿ ਅਸੀਂ ਉੱਥੇ ਪਾਉਂਦੇ ਸੀਗੇ। ਅਸੀਂ ਇਸ ਕੰਟਰੀ ਨੂੰ ਮਜ਼ਬੂਤ ਕਰਨ ਦੇ ਲਈ ਉਹਦੀ ਰੈਵੀਨਿਊ ਦੇ ਵਿੱਚ ਇੰਨਾ ਸਹਿਯੋਗ ਕਰ ਰਹੇ ਤਾਂ ਕਿ ਕੰਟਰੀ ਪਾਵਰਫੁਲ ਬਣ ਸਕੇ, ਬਿਕੋਜ਼ ਮੈਂ ਆਪਣੇ ਕੌਮ ਦੇ ਵਿੱਚ ਵੱਸਦੇ ਲੋਕਾਂ ਨੂੰ ਕਿਹਾ ਕਿ ਉਹ ਕਹਿ ਰਹੇ ਨੇ ਗੋਡ ਬਲੈਸ ਅਮੈਰੀਕਾ, ਬਟ ਫਿਰ ਜਦ ਅਮੈਰੀਕਾ ਦੇ ਵਿੱਚ ਹੀ ਤੁਹਾਡੇ ਨਾਲ ਵਿਤਕਰਾ ਹੁੰਦਾ, ਰੋਡ ਦੇ ਉੱਤੇ ਤੁਸੀਂ ਜਾਂਦੇ ਹੋ ਤੁਹਾਨੂੰ ਛੇੜਿਆ ਜਾਂਦਾ, ਰੇਸ਼ਲ ਅਟੈਕ ਤੁਹਾਡੇ ਉੱਤੇ ਕੀਤਾ ਜਾਂਦਾ, ਫਿਰ ਤੁਹਾਨੂੰ ਕਿਸ ਤਰੀਕੇ ਨਾਲ ਲੱਗਦਾ? ਫਿਰ ਇਹ ਡਾਇਲੋਗ ਪਬਲਿਕ ਡੋਮੇਨ ਦੇ ਉੱਤੇ ਸ਼ੁਰੂ ਹੋ ਜਾਂਦਾ ਕਿ ਹਜੇ ਵੀ ਅਮੈਰੀਕਨਸ ਵਾਈਟ ਜਿਹੜੇ ਬਲੈਕ ਨੇ, ਦੇ ਆਰ ਨੋਟ ਰਿਕੋਗਨਾਈਜ਼ਿੰਗ ਯੂ, ਦੇ ਆਰ ਨੋਟ ਆਈਡੈਂਟੀਫਾਈਂਗ ਯੂ ਕਿ ਹੂ ਯੂ ਆਰ, ਤੁਸੀਂ ਕੌਣ ਹੋ, ਔਰ ਤੁਹਾਨੂੰ ਮਜਬੂਰ ਕਰਦੇ ਨੇ ਕਿ ਵਾਪਸ ਆਪਣੀ ਜਿਹੜੀ ਧਰਤੀ ਹੈ ਉੱਥੇ ਚਲੇ ਜਾਓ। ਇੱਕ ਅਜਿਹਾ ਹਾਦਸਾ ਜਿਹੜਾ ਉਹ ਇਸ ਧਰਤੀ ਦੇ ਉੱਤੇ ਵਾਪਰਿਆ ਹਾਲ ਫਿਲਹਾਲ ਦੇ ਵਿੱਚ ਔਰ ਉਹਨੇ ਵਾਕਈ ਹੀ ਇਸ ਗੱਲ ਦੇ ਉੱਤੇ ਮਜਬੂਰ ਕਰ ਦਿੱਤਾ ਕਿ ਡਾਇਲੋਗ ਹੋਏ ਪਬਲਿਕ ਡੋਮੇਨ ਦੇ ਉੱਤੇ। ਅੱਜ ਮੈਂ ਤੁਹਾਡੇ ਵਿਚਾਰ ਵੀ ਜਾਣਾਂਗਾ ਕਿ ਕਿਸ ਤਰੀਕੇ ਨਾਲ ਆਪਾਂ ਇਸਦਾ ਨਿਪਟਾਰਾ ਕਰ ਸਕਦੇ ਹਾਂ। ਸੁਰਜੀਤ ਸਿੰਘ ਮੱਲੀ ਜੋ ਕਿ ਕੈਲੀਫੋਰਨੀਆ ਦੇ ਵਿੱਚ ਵੱਸਦੇ ਨੇ, 50 ਸਾਲਾਂ ਦੇ ਸਿੱਖ ਨੇ ਜਿਨ੍ਹਾਂ ਦੇ ਉੱਤੇ ਅਟੈਕ ਹੋਇਆ, ਕੀ ਕੁਝ ਮਾਮਲਾ ਹੈ ਪਹਿਲਾਂ ਤੁਸੀਂ ਇਹ ਵੇਖੋ, ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰਾਂਗਾ ਕਿ ਅੱਜ ਉਹਨਾਂ ਨੂੰ ਫੋਨ 'ਤੇ ਵੀ ਜੋੜਾਂ ਔਰ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਫੋਨ ਕਾਲਸ ਵੀ ਲਾਵਾਂ ਐਂਡ ਇਸ ਮੁਤਲਕ ਤੁਸੀਂ ਕੀ ਕੁਝ ਸਾਨੂੰ ਦੱਸਣਾ ਚਾਹੁੰਦੇ ਹੋ, ਵੀ ਵਿਲ ਡੈਫੀਨੇਟਲੀ ਵਾਂਟ ਟੂ ਨੋ। ਬਟ ਮੈਂ ਚਾਹੁੰਦਾ ਸਭ ਤੋਂ ਪਹਿਲਾਂ ਤੁਸੀਂ ਇਹ ਰਿਪੋਰਟ ਵੇਖੋ। ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋ ਅਣਪਛਾਤੇ ਵਿਅਕਤੀਆਂ ਨੇ ਨਸਲੀ ਟਿੱਪਣੀ ਕਰਦਿਆਂ 50 ਸਾਲਾਂ ਸਿੱਖ ਵਿਅਕਤੀ ਦੀ ਕਈ ਵਾਰ ਮਾਰਕੁੱਟ ਕੀਤੀ ਅਤੇ ਕਿਹਾ ਕਿ ਤੁਹਾਡਾ ਇੱਥੇ ਸਵਾਗਤ ਨਹੀਂ, ਆਪਣੇ ਦੇਸ਼ ਵਾਪਸ ਜਾਓ। ਇੰਨਾ ਹੀ ਨਹੀਂ, ਉਹਨਾਂ ਸਿੱਖ ਵਿਅਕਤੀ ਜਿਸ ਦਾ ਨਾਂ ਸੁਰਜੀਤ ਮੱਲੀ ਹੈ ਦੇ ਟਰੱਕ 'ਤੇ ਗੋ ਬੈਕ ਟੂ ਯੂਅਰ ਕੰਟਰੀ ਦੇ ਸਲੋਗਨ ਵੀ ਲਿਖ ਦਿੱਤੇ। ਸੁਰਜੀਤ ਮੱਲੀ ਦੇ ਨਾਲ ਇਹ ਘਟਨਾ ਬੀਤੇ ਹਫ਼ਤੇ ਕੈਲੀਫੋਰਨੀਆ ਵਿੱਚ ਕੀਜ਼ ਅਤੇ ਫੁੱਟਾਈ ਰੋਡ 'ਤੇ ਵਾਪਰੀ। ਸ਼ੈਰਿਫ ਸਟੈਂਸਲੋਨਸ ਕਾਊਂਟੀ ਅਧਿਕਾਰੀ ਦੇ ਮੁਤਾਬਿਕ ਉਕਤ ਪੀੜਤ ਸਿੱਖ ਵਿਅਕਤੀ ਸਥਾਨਕ ਉਮੀਦਵਾਰ ਦੇ ਪ੍ਰਚਾਰ ਦੇ ਲਈ ਬਾਹਰੀ ਇਲਾਕੇ ਵਿੱਚ ਕੁਝ ਲਗਾ ਰਿਹਾ ਸੀ ਤਾਂ ਉਸ ਸਮੇਂ ਦੋ ਗੋਰਿਆਂ ਨੇ ਉਸ ਦੀ ਕੁੱਟਮਾਰ ਕੀਤੀ। ਇੱਕ ਰਿਪੋਰਟ ਦੇ ਮੁਤਾਬਿਕ ਇਹ ਸਾਰੀ ਘਟਨਾ ਨੂੰ ਫੇਸਬੁੱਕ 'ਤੇ ਪੋਸਟ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਨਫ਼ਰਤੀ ਅਪਰਾਧ ਮੰਨ ਕੇ ਜਾਂਚ ਕਰ ਰਹੇ ਨੇ। ਉਧਰ ਸਿੱਖ ਭਾਈਚਾਰੇ ਤੋਂ ਇਲਾਵਾ ਸਥਾਨਕ ਲੋਕਾਂ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਕਈ ਲੋਕ ਇਸ ਘਟਨਾ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰ ਸੁਰਜੀਤ ਮੱਲੀ ਦੇ ਨਾਲ ਹਮਦਰਦੀ ਜਤਾ ਰਹੇ ਨੇ। ਉਹਨਾਂ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਦੇਸ਼ ਵਿੱਚ ਅਜਿਹੇ ਨਸਲੀ ਵਤੀਰੇ ਦੀ ਕੋਈ ਥਾਂ ਨਹੀਂ। ਹੋਰ ਤਾਂ ਹੋਰ, ਇੱਕ ਕ੍ਰੋਸਫਿੱਟ ਪੈਰਾਬਲਮ ਨਾਮੀ ਕਲੱਬ ਦੇ ਮੈਂਬਰ ਇਸ ਘਟਨਾ ਦਾ ਵਿਰੋਧ ਕਰਦਿਆਂ ਸੁਰਜੀਤ ਮੱਲੀ ਦੇ ਘਰ ਪਹੁੰਚੇ ਅਤੇ ਉਸ ਦੇ ਟਰੱਕ 'ਤੇ ਲਿਖੀਆਂ ਨਸਲੀ ਟਿੱਪਣੀਆਂ ਨੂੰ ਸਭ ਨੇ ਆਪ ਸਾਫ਼ ਕੀਤਾ, ਜਿਸ ਤੋਂ ਇਹ ਕਹਿਣਾ ਅਤਕਥਨੀ ਨਹੀਂ ਕਿ ਕਿਸੇ ਦੇਸ਼ ਦੇ ਸਾਰੇ ਲੋਕਾਂ ਦੀ ਸੋਚ ਇੱਕੋ ਜਿਹੀ ਨਹੀਂ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਅਮਰੀਕਾ ਵਿੱਚ ਸਿੱਖ ਭਾਈਚਾਰੇ ਵਿਰੁੱਧ ਨਫ਼ਰਤੀ ਅਪਰਾਧ ਵੱਧ ਗਏ ਨੇ। ਹਾਲਾਂਕਿ ਅਮਰੀਕਾ ਵਿੱਚ ਰਹਿੰਦੇ ਸਿੱਖ ਇਹਨਾਂ ਘਟਨਾਵਾਂ ਨੂੰ ਖਤਮ ਕਰਨ ਦੇ ਲਈ ਸਥਾਨਕ ਲੋਕਾਂ ਨੂੰ ਆਪਣੇ ਧਰਮ ਦੇ ਬਾਰੇ ਜਾਗਰੂਕ ਵੀ ਕਰ ਰਹੇ ਨੇ। ਨਿਊਜ਼ ਡੈਸਕ ਰਿਪੋਰਟ, ਜਸ ਟੀਵੀ। ਇੱਕ ਪਾਸੇ ਅਸੀਂ ਅਮੈਰੀਕਾ ਦੀ ਧਰਤੀ ਦੇ ਉੱਤੇ ਗੁਰਦੁਆਰੇ ਉਸਾਰ ਰਹੇ ਹਾਂ, ਵੱਖ ਵੱਖ ਸ਼ਹਿਰਾਂ ਦੇ ਵਿੱਚ, ਵੱਖ ਵੱਖ ਸੂਬਿਆਂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਿੱਖੀ ਜਿਹੜੀ ਆ ਪ੍ਰਫੁੱਲਿਤ ਹੋਏ, ਲੇਕਿਨ ਜਦ ਅਜਿਹੀਆਂ ਘਟਨਾ ਸਾਹਮਣੇ ਆਉਂਦੀਆਂ ਹਨ ਤਾਂ ਮਜਬੂਰ ਕਰ ਦਿੰਦੀਆਂ ਹਨ ਸਾਨੂੰ ਸੋਚਣ ਦੇ ਵਿੱਚ ਕਿ ਇਸ ਮੁਤਲਕ ਹੁਣ ਕੀ ਕੁਝ ਸਾਨੂੰ ਕਰਨਾ ਚਾਹੀਦਾ ਔਰ ਕੀ ਕੁਝ ਰੋਡ ਮੈਪ ਸਾਨੂੰ ਜਿਹੜਾ ਤਿਆਰ ਕਰਨਾ ਚਾਹੀਦਾ। ਸੁਰਜੀਤ ਸਿੰਘ ਮੱਲੀ ਔਰ ਉਹਦੇ ਨਾਲ ਜੋ ਹਾਦਸਾ ਵਾਪਰਿਆ, ਇਨ ਫਿਊਚਰ ਕਿਸੇ ਨਾਲ ਨਾ ਵਾਪਰੇ ਤਾਂ ਇਸ ਮੁਤਲਕ ਜਿਹੜੀਆਂ ਸੰਸਥਾਵਾਂ ਨੇ, ਉਹਨਾਂ ਦੇ ਜਿਹੜੇ ਸਿਰਮੌਰ ਨੇ, ਪੈਰੋਕਾਰ ਨੇ, ਉਹ ਕੀ ਕਰ ਰਹੇ ਨੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਮੁੱਦੇ ਦੇ ਵਿੱਚ। ਸੁਰਜੀਤ ਸਿੰਘ ਮੱਲੀ ਉਹਨਾਂ ਨੂੰ ਵੀ ਮੈਂ ਕੋਸ਼ਿਸ਼ ਕਰ ਰਿਹਾ ਲੈਣ ਦੀ ਫੋਨ ਦੇ ਵਿੱਚ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹ ਜਿਹੜਾ ਹਾਦਸਾ ਵਾਪਰਿਆ, ਇਸ ਹਾਦਸੇ ਦੀ ਕਹਾਣੀ ਉਹਨਾਂ ਦੇ ਜ਼ੁਬਾਨੀ ਇਸ ਬ੍ਰੇਕ ਤੋਂ ਉਸ ਪਾਰ।